ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਜਿਹੜਾ ਟਾਈਮ ਹੈ ਜੀ ਹੁਣ 3:00 ਹੋਏ ਨੇ ਅਤੇ ਕੱਪੜੇ ਸੁੱਕ ਗਏ, ਮੈਂ ਇੱਥੇ ਬੈਠ ਕੇ ਤਹਿ ਲਾਉਣ ਲੱਗ ਗਈ। ਕਹਿੰਦੇ ਅੰਦਰ ਬੈਠਣ ਨੂੰ ਵੀ ਪੂਰਾ ਦਿਨ ਜੀ ਨਹੀਂ ਕਰਦਾ ਹੈਗਾ। ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਆਪਣਾ ਕਿਚਨ ਗਾਰਡਨ ਵਿਖਾਉਂਦੇ ਹਾਂਗੇ। ਕਾਫੀ ਟਾਈਮ ਹੋ ਗਿਆ ਸਬਜ਼ੀ ਲਾਈ ਨੂੰ, ਆਪਾਂ ਦਹੀਂ ਦਿਖਾਇਆ ਤੁਹਾਨੂੰ ਵੀ ਕਿਸ ਤਰ੍ਹਾਂ ਦੀ ਸਬਜ਼ੀ ਹੋਈ ਹੈਗੀ। ਨਾਲੇ ਨਾ ਆਪਾਂ ਅੱਜ ਸਬਜ਼ੀ ਬਣਾਵਾਂਗੇ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ। ਅਤੇ ਨਾਲੇ ਆਪਾਂ ਸਬਜ਼ੀ ਤੋੜ ਕੇ ਲਿਆਉਣਾ, ਤੁਹਾਨੂੰ ਦਿਖਾਉਂਦੇ ਹਾਂ ਵੀ ਕੀ ਲਾਇਆ ਹੋਇਆ ਉੱਥੇ, ਕਿਸ ਤਰ੍ਹਾਂ ਦਾ ਹੋਇਆ ਹੈਗਾ। ਥੋੜ੍ਹਾ ਜਿਹਾ ਐਤਕੀ ਲੇਟ ਹੋ ਗਿਆ, ਕੁਛ ਸਮਾਨ ਤਾਂ ਵਧੀਆ ਹੋ ਗਿਆ, ਕੁਛ ਥੋੜ੍ਹਾ ਜਿਹਾ ਅਜੇ ਛੋਟਾ ਹੈਗਾ। ਪਹਿਲਾਂ ਮੈਂ ਕੱਪੜਿਆਂ ਦੇ ਤਹਿਾਂ ਲਾ ਦਿੱਤੀ। ਮੱਝਾਂ ਨੂੰ ਸੰਨੀ ਕਰਤੀ, ਮਾਸਟਰ ਜੀ ਨੇ ਨਵਾ ਵੀ ਦਿੱਤੀਆਂ ਜਲਦੀ ਹੋਈ, ਕਹਿੰਦੇ ਫਿਰ ਕਵੇਲਾ ਹੋ ਜੂਗਾ। ਮਨਵੀਰਾ ਤੇਰੇ ਬੂਟ ਦੇ ਖਿੱਤੇ ਨੇ ਮਾਸਟਰ ਜੀ ਜਾ ਰਹੇ ਨੇ ਹੁਣ ਕੱਖ ਵੱਢਣ। ਬਸ ਅੱਜ ਦੀ ਆਪਣੀ ਚਰੀ ਰਹਿ ਗਈ, ਉਸ ਤੋਂ ਬਾਅਦ ਆਪਣੀ ਚਰੀ ਖਤਮ ਹੋ ਜੂਗੀ। ਬਰਸੀਨ ਅਜੇ ਕਈ ਦਿਨ ਹੁੰਦਾ ਸਿਰ ਵਾਹੁਣ ਦਾ ਮੈਨੂੰ ਟਾਈਮ ਹੀ ਨਹੀਂ ਲੱਗਿਆ, ਮੈਂ ਕੀ ਕਰਾਂ ਹੁਣ, ਪਾ ਦੂੰਗੀ ਸਬਜ਼ੀ ਤੋੜ ਲਿਆ। ਗੁਰਲੀਨ ਦੇ ਅੱਜ ਵਾਲ ਨਹੀਂ ਵਾਹੇ ਗਏ, ਦਿਖਾਉਂਦੇ ਮੇਰਾ ਸਿਰ ਨਹੀਂ ਵਾਹੇ। ਇਕੱਲੇ ਜਾਣੇ ਨੂੰ ਤਾਂ ਬਹੁਤ ਜ਼ਿਆਦਾ ਔਖਾ ਹੋ ਜਾਂਦਾ, ਜਦੋਂ ਕੋਈ ਦੁੱਖ ਸੁੱਖ ਹੁੰਦਾ ਹੈਗਾ ਫਿਰ ਭੈਣ ਭਾਈ ਆ ਜਾਂਦਾ, ਕੋਈ ਉਹਨਾਂ ਕੋਲ ਬੈਠਣਾ ਪੈਂਦਾ, ਘਰ ਦੇ ਕੰਮ ਕਰੇ ਬਿਨਾਂ ਨਹੀਂ ਸਰਦਾ, ਇਕੱਲੇ ਜਾਣੇ ਨੂੰ ਕੰਮ ਵੀ ਤੋੜ ਤੋੜ ਖਾਂਦੇ ਨੇ। ਤੂੰ ਆ ਕੱਪੜੇ ਲੈ ਕੇ ਨਹੀਂ, ਮੈਂ ਤਾਂ ਤੈਨੂੰ ਪਿੱਛੇ ਨੀ, ਜਿਹਦੇ ਪਿੱਛੇ ਸਵਾਰ ਸਾਰੀ ਦੁਨੀਆ, ਚਲੋ ਜੀ ਕੱਪੜੇ ਆਪਾਂ ਬੱਚਿਆਂ ਨੂੰ ਫੜਾ ਦਿੱਤੇ ਨੀ, ਹੁਣ ਆਪਾਂ ਤੁਹਾਨੂੰ ਨਾ ਆਪਣੀ ਸਬਜ਼ੀ ਵਿਖਾਉਂਦੇ ਹਾਂਗੇ, ਕਿਚਨ ਗਾਰਡਨ ਵਿਖਾਉਂਦੇ ਹਾਂ ਆਪਣਾ ਵੀ ਕਿਸ ਤਰ੍ਹਾਂ ਦਾ। ਨਾਲੇ ਆਪਾਂ ਤੋੜਦੇ ਹਾਂ ਅਜੇ ਚੱਲੀਏ। ਕਰਦਾ
ਗੁੱਡਣ ਵਾਲੀ ਕੱਢ ਦਿੰਦੇ ਕੱਲ ਫੋਨ ਤੋਂ ਸੁਣ ਉਹਦਾ ਖੱਬਰ ਉਹ ਗਿੱਲਾ ਨਿਕਲ ਜੀ ਹੁਣ ਉਹਦੇ ਕੱਟ ਲਓ ਜੀ ਆਪਣੀ ਸਬਜ਼ੀ ਬਾਰੇ ਦੱਸ ਦਿੰਦੇ ਨਾਲੇ ਆਪਾਂ ਤੁਹਾਨੂੰ ਨਾ ਆਪਾਂ ਤੋੜ ਕੇ ਲੈ ਜਾਾਂਗੇ ਤੇ ਨਾਲੇ ਨਾ ਉੱਧਰ ਆਪਣੇ ਜਿਹੜੇ ਬੂਟੇ ਲਾਏ ਹੋਣੇ ਆਪਾਂ ਉਹਦੇ ਬਾਰੇ ਵੀ ਦੱਸ ਦਿੰਦੇ ਹਾਂ ਸਾਗ ਵੀ ਆਪਣੇ ਹੋ ਗਿਆ ਦੋ ਵਾਰ ਆਪਾਂ ਤੋੜ ਕੇ ਰੱਖ ਲਿਆ ਆਹ ਵੇਖੋ ਜਿਹੜੀ ਇਹ ਵਾਲੀ ਕਿਆਰੀ ਹੈ ਨਾ ਇਹ ਹੈਗੀ ਹੈ ਲਸਣ ਦੀ ਜਿਹੜੀ ਇਹ ਪਹਿਲੀ ਕਿਆਰੀ ਇਹ ਲਸਣ ਦੀ ਹੈਗੀ ਅਤੇ ਇਹਦੇ ਨਾਲ ਵਾਲੀ ਹੈਗੀ ਨੇ ਗੰਢੇ ਪਿਆਜ ਸਾਡੇ ਵਾਲੇ ਗੰਢੇ ਕਹਿੰਦੇ ਨੇ ਇਹਨਾਂ ਨੂੰ ਕੁੱਡਣ ਵਾਲੀ ਹੈ ਜੇ ਅਤੇ ਇਹ ਹੈਗਾ ਬੂਟਾ ਨਾ ਗਰੇਪ ਫਰੂਟ ਬੋਲਦੇ ਨੇ ਜਿਹਨੂੰ ਉਹ ਹੈਗਾ ਪੰਜਾਬੀ 'ਚ ਪਤਾ ਨਹੀਂ ਇਹਨੂੰ ਕੀ ਕਹਿੰਦੇ ਨੇ ਡੈਜੀ ਕਿਹਨੂੰ ਪਤਾ ਨਹੀਂ ਕੀ ਮੈਨੂੰ ਨਹੀਂ ਪਤਾ ਇਹ ਗਰੇਪ ਫਰੂਟ ਦਾ ਹੀ ਮੈਨੂੰ ਪਤਾ ਵੀ ਇਹਨੂੰ ਗਰੇਪ ਫਰੂਟ ਕਹਿੰਦੇ ਨੇ ਬਹੁਤ ਸਾਰਾ ਇਹਨੇ ਫਲ ਚੱਕਿਆ ਗਿਆ ਜਦੋਂ ਲੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੇ ਨਾ ਖੱਬਲ ਹੋ ਗਿਆ ਇਹ ਹੁਣ ਗਿੱਲੇ 'ਚੋਂ ਖਿੱਚਿਆ ਜਾਊਗਾ ਇਹ ਲਸਣ ਹੈਗਾ ਇਹ ਪਿਆਜ਼ ਆ ਇਹ ਵਾਲੀ ਕਿਆਰੀ ਹੈਗੀ ਹੈ ਧਨੀਏ ਦੀ ਧਨੀਆ ਬਹੁਤ ਜ਼ਿਆਦਾ ਲੇਟ ਹੋਇਆ ਹੈਗਾ ਅਤੇ ਇੱਕ ਤਾਂ ਪਾਣੀ ਲੇਟ ਹੋ ਗਿਆ ਜਿਹੜਾ ਪਹਿਲਾਂ ਪਾਣੀ ਸੀ ਇੱਕ ਤਾਂ ਜਿਹੜਾ ਬੀਜਣ ਤੋਂ ਬਾਅਦ ਵੀ ਪਾਣੀ ਲਾਉਂਦੇ ਉਸ ਤੋਂ ਬਾਅਦ ਜਿਹੜਾ ਨੈਕਸਟ ਪਾਣੀ ਲਾਉਣਾ ਹੁੰਦਾ ਨਾ ਦੂਜਾ ਪਾਣੀ ਮਾਸਟਰ ਜੀ ਨੇ ਬਹੁਤ ਜ਼ਿਆਦਾ ਲੇਟ ਕਰਤਾ ਲਾਈਟ ਦਾ ਇਹਨਾਂ ਪਤਾ ਲੱਗਿਆ ਕਰੇ ਵੀ ਕਦੋਂ ਆਉਂਦੀ ਹੈ ਕਦੋਂ ਜਾਂਦੀ ਹੈ ਇਸ ਕਰਕੇ ਧਨੀਆ ਬਹੁਤ ਜ਼ਿਆਦਾ ਲੇਟ ਨਿਕਲਿਆ ਪਰ ਨਿਕਲਿਆ ਹੈ ਸਾਰਾ ਅਤੇ ਜਿਹੜਾ ਪੱਟਾਂ 'ਤੇ ਧਨੀਆ ਨਾ ਇਹ ਮੈਂ ਪਿੱਛੋਂ ਲਾਇਆ ਸੀ ਇਹ ਮੈਂ ਭਿਉਂ ਕੇ ਲਾਤਾ ਇਹ ਜਲਦੀ ਨਿਕਲਿਆ ਆ ਤੁਸੀਂ ਇਸ ਗੱਲ ਦਾ ਧਿਆਨ ਰੱਖਿਓ ਜਦੋਂ ਵੀ ਧਨੀਆ ਲਾਓਗੇ ਨਾ ਤੁਸੀਂ ਭਿਉਂ ਕੇ ਲਾਇਓ 3 ਦਿਨ ਭਿਉਂ ਕੇ ਰੱਖ ਦਿਆ ਕਰੋ ਫਿਰ ਜਲਦੀ ਨਿਕਲਦਾ ਜਿਹੜਾ ਮੈਂ ਅੰਦਰ ਲਾਇਆ ਉਹ ਵੀ ਭਿਉਂ ਕੇ ਰੱਖਿਆ ਸੀ 3 ਦਿਨ ਕਿਸੇ ਕੱਪੜੇ 'ਚ ਬੰਨ੍ਹ ਕੇ ਅਤੇ ਉਦੋਂ ਬਾਅਦ ਉਹਨੂੰ ਪਾਣੀ 'ਚ ਰੱਖਤਾ ਕੱਪੜੇ ਨੂੰ 3 ਦਿਨ ਭਿਉਂਤਾ ਰਹਿਣ ਦਿਓ ਫਿਰ ਉਹ ਲਾ ਦਿਓ ਜਲਦੀ ਹੋ ਜਾਂਦਾ ਆਹ ਸਾਰਾ ਬੱਟਾਂ 'ਤੇ ਹੋ ਗਿਆ ਜਿਹੜਾ ਬਾਅਦ 'ਚ ਭਿਉਂ ਕੇ ਲਾਇਆ ਸੀ ਦੇਖੋ ਸਾਰਾ ਬੱਟਾਂ ਵਾਲਾ ਹੀ ਧਨੀਆ ਅਤੇ ਇਹ ਹੈਗੇ ਨੇ ਆਪਣੇ ਮੇਥਿਆਂ ਦੀ ਕਿਆਰੀ ਮੇਥੇ ਦੀ ਆਪਾਂ 2-3 ਵਾਰੀ ਵੱਢ ਲੈਂਦੇ ਅਤੇ ਮੇਥਿਆਂ ਦੇ ਨਾਲ ਹੈਗਾ ਪਾਲਕ ਅਤੇ ਇਹ ਕਿਆਰੀ ਹੈਗੀ ਹੈ ਮੇਥਿਆਂ ਦੀ ਆਹ ਦੇਖੋ ਇੱਥੇ ਵੱਡੇ ਹੋਏ ਨੇ 2-3 ਦਿਨ ਵਾਰੀ ਆਪਾਂ ਕਰ ਲਿਆ ਕੁਛ ਨਾ ਕੁਛ 1-2 ਵਾਰੀ ਸਾਗ 'ਚ ਪਾ ਲਏ ਅਤੇ 1 ਦਿਨ ਰੋਟੀਆਂ 'ਚ ਪਾ ਲਏ ਸੀ ਅਤੇ ਇਹ ਕਿਆਰੀ ਹੈਗੀ ਹੈ ਪਾਲਕ ਦੀ ਅਤੇ ਇਹ ਹੈਗੀ ਆ ਥੋੜ੍ਹੀ ਜਿਹੀ ਕੀ ਕਹਿੰਦੇ ਹੁੰਦੇ ਨੇ ਮੇਥੀ ਬੀਜੀ ਆ ਆਹ ਕਾਫੀ ਬੂਟੇ ਨੇ ਜਿਹੜੇ ਨਾ ਉਹਦੇ ਹੋ ਗਏ ਦੇਖੋ ਬਾਥੂ ਹੋਇਆ ਪਿਆ ਮੈਂ ਪੱਟੇ ਨਹੀਂ ਹੈਗੇ ਮਾਸਟਰ ਜੀ ਨੂੰ ਵੀ ਪੱਟਣ ਨਹੀਂ ਦਿੰਦੇ ਸਾਗ ਇਹਦੇ ਨਾਲ ਸਵਾਦ ਬਣਦਾ ਬਾਥੂ ਨਾਲ ਅਤੇ 2 ਬੱਟਾਂ ਗਾਜਰਾਂ ਦੀਆਂ ਨੇ ਗਾਜਰਾਂ ਬਹੁਤ ਜ਼ਿਆਦਾ ਘੱਟ ਹੋਈਆਂ ਨੇ ਛਿੱਦੀਆਂ ਬਹੁਤ ਨੇ ਆਹ ਤੁਹਾਨੂੰ ਪੱਗੇ ਦਿਖਾਉਂਦੇ ਆ ਇਹ 2 ਬੱਟਾਂ 'ਤੇ ਗਾਜਰਾਂ ਨੇ ਇਹ ਜਿਹੜੀ ਬੱਟ ਹੈਗੀ ਸਾਰੀ ਬੰਦ ਗੋਭੀ ਦੀ ਹੈ ਅਤੇ ਨਾਲ ਵਾਲੀ ਬੱਟ 'ਤੇ ਹੈਗੀਆਂ ਨੇ ਮਿਰਚਾਂ ਬਾਥੂ ਬਹੁਤ ਜ਼ਿਆਦਾ ਹੋ ਗਿਆ ਸਾਰੇ ਕਿਤੇ ਬਾਥੂ ਹੀ ਬਾਥੂ ਹੋ ਗਿਆ ਆਹ ਬੱਟ ਤੋਂ ਤਾਂ ਪੱਟ ਦਿਓ ਆਹ ਨਾ ਪੱਟੋ ਜਾਂਦੇ ਸਾਗ 'ਚ ਪਾਇਆ ਕਰਾਂਗੇ ਆਪਣੇ ਬਾਥੂ ਮਿਲਦਾ ਆਹ 2 ਬੱਟਾਂ 'ਤੇ ਲਾ ਦਿੱਤੀ ਹੈ ਗੋਭੀ 3 'ਤੇ ਦੂਜੀ ਗੋਭੀ ਆ ਫੁੱਲ ਗੋਭੀ ਕੌਲੀਫਲਾਵਰ ਅਤੇ ਇਹਦੇ ਉੱਪਰ ਲਾਈ ਜਾਂਦੇ ਜੀ 2 ਬੱਟਾਂ ਹੈਗੀਆਂ ਨੇ ਬੈਂਗਣ ਨੇ ਅਤੇ ਇਹ ਹੈਗਾ ਆਪਣਾ ਕਿੰਨੂ ਦਾ ਬੂਟਾ ਇੱਕ ਇਹ ਵਾਲਾ ਵੀ ਕਿੰਨੂ ਦਾ ਬੂਟਾ ਹੈਗਾ ਅਤੇ 2 ਅਮਰੂਦ ਨੇ ਸਾਹਮੋ ਸਾਹਮਣੇ 2 ਅਮਰੂਦ ਨੇ ਉਸ ਤੋਂ ਬਾਅਦ ਨਿੰਬੂ ਆ ਜੋ ਆਪਾਂ ਦਿਖਾ ਦਿੰਦੇ ਤੁਹਾਨੂੰ ਇਹ ਹੈਗਾ ਆਪਣਾ ਅਮਰੂਦ ਬਹੁਤ ਸੋਹਣਾ ਗਰੋ ਕਰ ਰਹੇ ਨੇ ਬੂਟੇ ਸਾਰੇ ਕੱਲਾ ਅੰਬ ਸੁੱਕਿਆ ਹੈਗਾ ਹਾਂਜੀ ਆ ਵੀ ਆਪਣਾ ਅਮਰੂਦ ਹੈਗਾ ਇਹ ਥੱਲੋਂ ਨਾ ਵੱਢਣ ਵਾਲਾ ਹੈਗਾ ਹੋਰ ਐਕਸਟਰਾ ਫੁੱਟੀ ਜਾਂਦਾ ਉਹਦੇ ਥੱਲੋਂ ਅਤੇ ਇਹ ਹੈਗਾ ਨਿੰਬੂ ਦੇਖੋ ਨਿੰਬੂ ਨੇ ਫਲ ਚੱਕ ਰੱਖਿਆ ਹੈਗਾ ਨਿੰਬੂ ਲੱਗੇ ਹੋਣੇ ਨੇ ਦਿਖਾਵਾਂ ਮੈਂ ਤੁਹਾਨੂੰ ਦੇਖੋ ਆ ਦੇਖੋ ਫਲ ਲੱਗਿਆ ਹੋਇਆ ਇਹ ਆਪਣੇ ਲਾਏ ਤੋਂ ਬਾਅਦ ਫਲ ਲੱਗਿਆ ਸਾਰਾ ਹੋਰ ਬਹੁਤ ਸੋਹਣਾ ਫੁੱਟਦੇ ਆਉਂਦੇ ਨੇ ਆ ਦੇਖੋ ਹੋਰ ਫਲ ਚੱਕਿਆ ਹੁਣ ਇਸ ਤਰ੍ਹਾਂ ਲੱਗਦਾ ਜਿਵੇਂ ਇਹਨੂੰ ਸੁੰਡੀ ਪੈ ਗਈ ਹੁੰਦੀ ਹੈ ਸਪਰੇ ਹੈ ਨਹੀਂ ਘਰੇ ਕੋਈ ਕਰਨ ਵਾਸਤੇ ਇਹ ਬੂਟਾ ਹੈਗਾ ਆਪਣਾ ਜੀ ਔਲਿਆਂ ਦਾ ਅਤੇ ਇਹਦੇ ਸਾਹਮਣੇ ਇੱਕ ਹੋਰ ਔਲਿਆਂ ਦਾ ਬੂਟਾ ਹੈ ਉਹ ਵਾਲਾ ਆ ਗਿਆ ਅੱਗੇ ਜਾ ਕੇ ਆੜੂ ਅਤੇ ਇਹ ਹੈਗਾ ਆਪਣਾ ਆਲੂ ਬੁਖਾਰਾ ਇਹ ਬੂਟਾ ਆਲੂ ਬੁਖਾਰਿਆਂ ਦਾ ਉਹ ਵਾਲਾ ਚੀਕੂ ਦਾ ਇਹ ਵੀ ਬੂਟਾ ਹੈਗਾ ਜਿਹੜਾ ਆੜੂਆਂ ਦਾ ਮੰਮਾ ਜੀ ਹਾਂਜੀ ਰਾਜਿੰਦਰ ਮਾਸੀ ਨਾਲ ਸੂਟ ਫੜਾਇਆ ਆਪਣੇ ਇਹ ਉਹ ਭੇਜ ਕੇ ਬਣਾ ਕੇ ਦਿੱਤਾ ਬਣਾ ਕੇ ਠੀਕ ਅੰਦਰ ਰੱਖਿਆ ਤੇ ਠੀਕ ਆ ਚਲੋ ਜੀ ਬੂਟਿਆਂ ਬਾਰੇ ਆਪਾਂ ਤੁਹਾਨੂੰ ਦੱਸ ਦਿੱਤਾ ਸਾਗ ਕਰਾਂਗੇ ਆਪਾਂ ਕੱਲ੍ਹ ਭਾਪ ਨੂੰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੋੜ ਕੇ ਬਹੁਤ ਸੋਹਣਾ ਸਾਗ ਹੋਇਆ ਹਾਰ ਬਣਾ ਲਓ ਆ ਜਾਓ ਆਪਾਂ ਸਬਜ਼ੀ ਤੋੜੀਏ ਹੁਣ ਇਹ ਨਾ ਇਹਨੇ ਛੱਡ ਕੇ ਉੱਤੋਂ ਵੱਢ ਲੈਣੇ ਮੈਂ ਵੀ ਦੁਬਾਰੇ ਫੁੱਟੇ ਆਉਣਾ ਉੱਤੋਂ ਵੱਢ ਲੈਣੇ ਆਪਾਂ ਇਹ
ਆਪਾਂ ਆਲੂ ਪਾ ਕੇ ਪਾਲਕ ਪਾ ਕੇ ਮੇਥੇ ਦੇ ਆਲੂ ਪਾ ਕੇ ਬਣਾਵਾਂਗੇ ਇਹਦੀ ਭਾਜੀ ਬੋਲਿਆ ਜਾਂਦਾ ਸਾਡੇ ਵੱਲ ਭੁਰਜੀ ਵੀ ਕਹਿੰਦੇ ਨੇ ਇਹਨੂੰ ਮੇਰੇ ਪਾਪਾ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਇਹਦਾ ਖਾਣ ਦਾ ਉਹ ਬਹੁਤ ਚਾਅ ਨਾਲ ਖਾਂਦੇ ਮੰਮੀ ਨੂੰ ਰੋਜ਼ ਹੀ ਕਹਿੰਦੇ ਵੀ ਭੁਰਜੀ ਬਣਾ ਲਓ ਉਹ ਖਾਂਦੇ ਸੀ ਤਾਰੇ ਮੀਰੇ ਦੀ ਕਹਿੰਦੇ ਵੀ ਗੋਡਿਆਂ ਨੂੰ ਵਧੀਆ ਹੁੰਦੀ ਹੈ ਗੋਡੇ ਢੂਹੀ ਨੂੰ ਦੁਖਦੇ ਤਾਰੇ ਮੀਰੇ ਦੀ ਭੁਰਜੀ ਨਾਲ ਬਹੁਤ ਜ਼ਿਆਦਾ ਖਾਂਦੇ ਸੀ ਸ਼ੌਂਕ ਨਾਲ ਮੇਥੇ ਵੱਢ ਲਏ ਹੈਗੇ ਪਾਲਕ ਚਲੋ ਜੀ ਪਾਲਕ ਅਤੇ ਆਪਾਂ ਮੇਥੇ ਨੇ ਜਿਹੜੇ ਵੱਢ ਲਏ ਨੇ ਹਜੇ ਆਪਾਂ ਉਹਨਾਂ ਨੂੰ ਧੋਨੇ ਆ ਆਪਣਾ ਵਲੌਗ ਨਾ ਕਾਫ਼ੀ ਜ਼ਿਆਦਾ ਲੰਬਾ ਹੋ ਗਿਆ ਜੀ ਇਸ ਕਰਕੇ ਤਾਂ ਐਂਡ ਇੱਥੇ ਕਰਨਾ ਪਊ ਜੇ ਮੈਂ ਸਾਰੀ ਜਿਹੜੀ ਸਬਜ਼ੀ ਕਿਸ ਤਰ੍ਹਾਂ ਬਣਦੀ ਇਹਦੇ ਵਿੱਚ ਐਡ ਕਰਤੀ ਤਾਂ ਵੀਡੀਓ ਆਪਣੀ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਇਹਦਾ ਨੈਕਸਟ ਪਾਰਟ ਆਪਾਂ ਤੁਹਾਨੂੰ ਵਿਖਾਵਾਂਗੇ ਆਪਣੇ ਦੂਸਰੇ ਚੈਨਲ ਪੰਜਾਬੀ ਕੋਰਨਰ 'ਤੇ ਵੀ ਇਹਦੀ ਸਬਜ਼ੀ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਅਤੇ ਉਹ ਆਊਗੀ ਵੀਡੀਓ 13 ਨਵੰਬਰ ਸਵੇਰੇ 8 ਵਜੇ ਤੁਸੀਂ ਵੇਖਣਾ ਨਾ ਭੁੱਲਿਓ 13 ਨਵੰਬਰ ਸਵੇਰੇ 8 ਵਜੇ ਦੂਸਰੇ ਚੈਨਲ ਪੰਜਾਬੀ ਕੋਰਨਰ 'ਤੇ ਵੀਡੀਓ ਆਊਗੀ ਜੇ ਤੁਸੀਂ ਉਹਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਕਰ ਲਓ ਜੀ ਚਲੋ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਹਾਂ ਮਿਲਦੇ ਹਾਂ ਫਿਰ ਨੈਕਸਟ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਮੇਰਾ ਵਸਦਾ ਰਹੇ ਪੰਜਾਬ ਖੁਸ਼ ਰਹੋ ਆਬਾਦ ਰਹੋ ਹੱਸਦੇ ਰਹੋ ਵਸਦੇ ਰਹੋ